ਸਤਿ ਸ਼੍ਰੀ ਅਕਾਲ ਜੀ ਮੈਂ ਸਿੱਧੂ ਲੈ ਕੇ ਹਾਜ਼ਰ ਹਾਂ ਇੰਟਰਨੈਸ਼ਨਲ ਹੈੱਡਲਾਈਨ ਐਂਡ ਥਿਸ ਵੀਡੀਓ ਸਪਾਂਸਰਡ ਬਾਈ ਸੀਡਬਲਯੂਸੀ ਇਮੀਗ੍ਰੇਸ਼ਨ ਐਂਡ ਇਕਿਨੌਕਸ ਲੋਜੀਸਟਿਕਸ ਟਰੰਪਰ ਸ਼ਾਸਨ ਚ ਟਾਪ ਸਿਹਤ ਸੰਸਥਾਵਾਂ ਨੂੰ ਇਕੁਆਇਰ ਕਰਨ ਲਈ ਭਾਰਤਵੰਸ਼ੀ ਜੈਪਟਾਚਾਰੀਆ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਸੋਮਨ ਨੇ ਭਾਰਤਵੰਸ਼ੀ ਜੈਪਟਾਚਾਰੀਆਂ ਦੇਸ਼ ਦੀਆਂ ਟਾਪ ਸਿਹਤ ਸੰਸਾਵਾਦੀ ਬੀਤੀ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦਾ ਡਾਇਰੈਕਟਰ ਚੁਣਿਆ ਬਟ ਅਚਾਰਿਆ ਟਰੰਪ ਕੋਲੋਂ ਇਹਦਾ ਟਾਪ ਪ੍ਰਸ਼ਾਸਨਿਕ ਆਦਿਲੀ ਨਾਮਜ਼ਦ ਹੋਣ ਵਾਲੇ ਪਹਿਲੇ ਭਾਰਤੀ ਅਮਰੀਕੀ ਬਣ ਗਏ ਐ ਇਹ ਤੋਂ ਪਹਿਲਾਂ ਟਰੰਪ ਨੇ ਸਰਕਾਰੀ ਕੁਸ਼ਲਤਾ ਵਿਭਾਗ ਦੀ ਇਕਵਾਈ ਕਰਨ ਲਈ ਐਲਮਸ ਨਾਲ ਭਾਰਤਵੰਸ਼ੀ ਵਿਵੇਕਰਾਮਾ ਸਵਾਮੀ ਦੀ ਚੋਣ ਕੀਤੀ ਸੀ ਯੂਗਾਂਡਾ ਦੇ ਪਿੰਡਾਂ ਚ ਕਿਸ ਦੀ ਜ਼ਮੀਨ ਪੂਰਬੀ ਗਾਂਡਾ ਵਿੱਚ ਜ਼ਮੀਨ ਖਿਸਕਣ ਕਾਰਨ 6 ਪਿੰਡਾਂ 'ਚ 40 ਘਰ تباہ ਹੋ ਗਏ ਐ ਤੇ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਐ। ਰਾਹਤ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਕਿ ਗਾਂਡਾ ਰੈੱਡ ਕਰਾਸ ਸੁਸਾਇਟੀ ਦਾ ਕਹਿਣਾ ਹੈ ਕਿ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਤੇ ਬਚਾਅ ਕਾਰਜ ਚੱਲ ਰਿਹਾ ਐ। ਮਨਵਾਲੇ ਦੀ ਗਿਣਤੀ 30 ਤੱਕ ਹੋ ਸਕਦੀ ਐ ਦੱਸਿਆ ਜਾ ਰਿਹਾ ਕਿ ਪਹਾੜੀ ਜ਼ਿਲੇ ਬੁਲੰਬੁਲੀ 'ਚ ਰਾਤ ਨੂੰ ਪੈਮੀ ਕਾਰਨ ਜ਼ਮੀਨ ਖਿਸਕੀ ਐ। 1900 ਲਿਬਨਾਨੀ ਨਾਗਰਿਕ ਸਰੀਆ ਤੋਂ ਬਾਰਡਰ ਕਰਾਸਿੰਗ ਨਹੀਂ ਪਰਤੇ ਵਾਪਸ ਸਰੀਆ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਕੁੱਲ 1900 ਲਿਬਨਾਨੀ ਨਾਗਰਿਕ ਸਰੀਆ ਤੇ ਲਿਬਨਾਨ ਦੇ ਵਿਚਕਾਰ ਜੋ ਦਿੱਦੇ ਤਾਂ ਸਰਹੱਦੀ ਕਰਾਸਿੰਗ ਨਹੀਂ ਸਰੀਆ ਛਾਟ ਗਿਆ ਦਮਸ਼ਕੀ ਕਾ ਕੰਟਰੀਸਾਈਡ ਕੋ ਰੀਟਵੀਟ ਚੁਕ ਅਧਿਕਾਰੀ ਦਫ਼ਤਰ ਦੇ ਇੱਕ ਮੈਂਬਰ ਨੇ ਦੱਸਿਆ ਹੈ ਕਿ ਅੰਦੋਲਨ ਇਜ਼ਰਾਈਲ ਤੇ ਹਿਜ਼ਬੁੱਲਾ ਵਿਚਕਾਰ ਹੋਏ ਇੱਕ ਜੰਗਬੰਦੀ ਸਮਝੌਤੇ ਤੋਂ ਬਾਅਦ ਹੋਇਆ ਹੈ ਕਾਲਿਦਾ ਜ਼ੀਆ ਪਰਿਸ਼ੋਚਾਰ ਮਾਮਲੇ ਚੋਂ ਬਰੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਤੇ ਬੀਐਨਪੀ ਪ੍ਰਧਾਨ ਖਾਲਿਦਾ ਜ਼ੀਆ ਨੂੰ ਹਾਈ ਕੋਰਟ ਨੇ ਪਰਿਸ਼ੋਚਾਰ ਦੀਕ ਮਾਮਲੇ ਚੋਂ ਬਰੀ ਘਾਤੇ ਤੈਅ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਨੂੰ 2018 ਚ ਜ਼ੀਆ ਚੈਰੀਟੇਬਲ ਟਰਸਟ ਪਰਿਸ਼ੋਚਾਰ ਮਾਮਲੇ ਚ ਟਾਕਾਦੀ ਕਦਾਲਤ ਨੇ ਦੋਸ਼ੀ ਠਹਿਰਾਇ ਸੀ ਇਜ਼ਰਾਈਲ ਨੇ ਹਿਜ਼ਬੁੱਲਾ ਦੇ 12500 ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਇਜ਼ਰਾਈਲ ਡਿਫੈਂਸ ਫੋਰਸਸ ਨੇ ਪਿਛਲੇ ਅਕਤੂਬਰ ਵਿੱਚ ਸੰਘਰਸ਼ ਦੀ ਸ਼ੁਰੂਆਤ ਤੋਂ ਲੈ ਕੇ ਲਿਬਨਾਨ ਦੇ ਹਿਜ਼ਬੁੱਲਾ ਦੇ 12500 ਟਿਕਾਣਿਆਂ ਤੇ ਹਵਾਈ ਹਮਲੇ ਕੀਤੇ ਐ ਆਈਡੀਐਫ ਦੇ ਬੁਲਾਰੇ ਜੀਨਰਲ ਹਗਾਰੀ ਨੇ ਇੱਕ ਬਿਆਨ ਚ ਜਾਣਕਾਰੀ ਦਿੱਤੀ ਹਨ ਦੱਸਿਆ ਕਿ ਹਿਜ਼ਬੁੱਲਾ ਦੀਆਂ ਲਾਂਚ ਸਮਰਥਾਵਾਂ ਨੂੰ ਘਟਾਉਣ ਅਤੇ ਦੇਰਾਨੇ ਦੇਗਾ ਸੰਪਤੀਆਂ ਤੇ ਹਮਲਾ ਕੀਤਾ ਗਿਆ ਅਮਰੀਕਾ ਜੋ ਗੈਰਕਾਨੂੰਨੀ ਦਾਖਲੇ ਨੂੰ ਰੋਕਣ ਦੇ ਮੈਕਸੀਕੋ ਸਹਿਮਤ ਆ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪ੍ਰਵਾਸੀਆਂ ਦੇ ਗੈਰਕਾਨੂੰਨੀ ਦਾਖਲੇ ਨੂੰ ਰੋਕਣ ਦੇ ਫੈਸਲੇ ਨੂੰ ਮੈਕਸੀਕੋ ਦਾ ਸਮਰਥਨ ਮੈਂ ਗੈਰ ਟਰੰਪ ਦਾ ਕਹਿਣਾ ਹੈ ਕਿ ਅਮਰੀਕੀ ਸਰਹੱਦ 'ਤੇ ਪ੍ਰਵਾਸੀਆਂ ਦੇ ਗੈਰਕਾਨੂੰਨੀ ਪ੍ਰਵੇਸ਼ ਨੂੰ ਤੁਰੰਤ ਰੋਕ ਲਈ ਮੈਕਸੀਕੋ ਸਹਿਮਤ ਹੋਇਆ ਜਾਪਾਨ ਤੇ ਫਿਲੀਪੀਨਸ ਚਾਇਆ ਪੁਚਾਲ ਜਾਪਾਨ ਦੇ ਉੱਤਰੀ ਕੇਂਦਰ ਖੇਤਰ ਦੇ ਨਾਟੋ ਪ੍ਰਾਦੀਪ ਚ 6.4 ਦੀ ਤੀਬਰਤਾ ਦਾ ਪੁਚਾਲ ਆਇਆ ਇਸ ਪੁਚਾਲ ਕਰਨ ਕਿਸੇ ਤਰ੍ਹਾਂ ਦੇ ਚਾਨੀ ਵਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਇਸ ਦਿਨ ਫਿਲੀਪੀਨਸ ਵੀ ਪੁਚਾਲ ਦੇ ਛਟਕੇ ਮਹਿਸੂਸ ਕੀਤੇ ਗਏ ਹੈ ਦਕਨਿਕੋਰੀਆ ਦੇ ਕੇਂਦਰੀ ਬੈਂਕ ਨੇ ਨੀਤੀਗਤ ਦਰਜ ਲਗਾਤਾਰ ਦੂਜੇ ਮਹੀਨੇ ਕੀਤੀ ਕਟੌਤੀ ਦਕਨਿਕੋਰੀਆ ਦੇ ਕੇਂਦਰੀ ਬੈਂਕ ਨੇ ਨਵੰਬਰ ਚ ਲਗਾਤਾਰ ਦੂਜੇ ਮਹੀਨੇ ਆਪਣੀ ਮੁੱਖ ਨੀਤੀਗਤ ਦਰਜ ਘਟਾਤੀ ਕੀਤੀ ਕਿ ਆਕੇ ਦੇਸ਼ ਦੀ ਅਰਥਵਿਵਸਥਾ ਉਹਦੇ ਮੁੱਢਲੇ ਅੰਦਾਜ਼ੇ ਤੋਂ ਹੌਲੀ ਰਫਤਾਰ ਨਾਲ ਬਦਲੇਗੀ ਕਰੰਸੀ ਨੀਤੀ ਨਿਰਮਾਤਾਵਾਂ ਦੀ ਬੈਠਕ ਤੋਂ ਬਾਅਦ ਬੈਂਕ ਆਫ ਕੋਰੀਆ ਨੇ ਆਪਣੀ ਨੀਤੀਗਤ ਵਿਆਸਤ ਦਰਜ 1.7% ਦੀ ਕਟੌਤੀ ਕਰਕੇ ਉਹਨੂੰ 3% ਕਰ ਦਿੱਤਾ ਹੈ 하시나 ਖਿਲਾਫ ਕੁਮੰਤਰੀਪਰਾਧ ਦਾਦਿਤ ਚ ਮੁਕਦਮਾ ਚਲਾਉਣ ਦੀ ਮੰਗ ਬੰਗਲਾਦੇਸ਼ ਨੇ ਹੱਦੇ ਤੋਂ ਹਟਾਈ ਪਦਾਰਤ ਮੰਤਰੀ ਸ਼ੇਖ 하시ਨਾ ਖਿਲਾਫ ਕੁਮੰਤਰੀਪਰਾਧ ਦਾਦਿਤ ਚ ਮੁਕਦਮਾ ਚਲਾਉਣ ਦੀ ਮੰਗ ਕੀਤੀ ਜਦਕਿ ਉਹਨਾਂ ਨੂੰ ਵਿਰੁਕਤਾ ਖਿਲਾਫ ਅਪਰਾਧ ਦੇ ਦੋ ਸ਼ੀਟ ਟ੍ਰਿਬਿਊਨਲ ਚ ਮੁਕਦਮੇ ਦਾ ਸਾਹਮਣਾ ਕਰਨਾ ਪਿਆ ਸੀ ਇਹ ਜਾਣਕਾਰੀ ਅੰਤਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਿਸ ਨੇ ਦਫ਼ਤਰ ਨਹੀਂ ਦਿੱਤੀ ਹੈ ਅਮਰੀਕਾ ਚੋਂ ਪਾਰਟੀ ਡਾਕਟਰ ਨੂੰ 2 ਲੱਖ ਡਾਲਰ ਤੋਂ ਵੱਧ ਜੁਰਮਾਨਾ ਅਮਰੀਕਾ ਵਿੱਚੋਂ 53 ਸਾਲਾ ਪਾਰਟੀ ਮੂਲ ਦੇ ਨਿਊਰੋ ਸਰਜਰਟ ਇਲੈਕਟ੍ਰੋ ਐਕਯੂਐਮਪਚਰ ਉਪਕਰਨ ਇੰਪਲਾਂਟ ਕਰਨ ਲਈ ਸਰਜਰੀ ਕਰਨ ਦਾ ਝੂਠਾ ਦਾਅਵਾ ਕਰਨ ਤੋਂ ਬਾਅਦ ਮੈਡੀਕਲ ਧੋਖਾਧੜੀ ਦੇ 22 ਲੱਖ ਡਾਲਰ ਤੋਂ ਵੱਧ ਦਾ ਜੁਰਮਾਨਾ ਲਗਾਇਆ ਗਿਆ ਹੈ ਰੂਸ ਨੇ ਯੂਕਰੇਨ ਦੀ ਊਰਜਾ ਸੰਸਥਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ ਰੂਸ ਨੇ ਕ੍ਰੇਂਦੀਆ ਊਰਜਾ ਸਹੂਲਤਾਂ ਤੇ ਪਾਰੀ ਮਿਜ਼ਾਈਲ ਤੇ ਜੂਨ ਹਮਲੇ ਕੀਤੇ ਐ ਹਮਲੇ ਤੋਂ ਬਾਅਦ ਇਹ ਡਰ ਵੀ ਪੱਗਿਆ ਹੈ ਕਿ ਰੂਸ ਸਰਦੀਆਂ ਤੋਂ ਪਹਿਲਾਂ ਯੂਕਰੇਨ ਦੀ ਊਰਜਾ ਉਤਪਾਦਨ ਸਮਰਥਨ ਨੂੰ ਨਸ਼ਟ ਕਰਨ ਦਾ ਇਰਾਦਾ ਰੱਖਦਾ ਹੈ ਯੂਕਰੇਨ ਦੇ ਊਰਜਾ ਮੰਤਰੀ ਨੇ ਦੱਸਿਆ ਹੈ ਕਿ ਪੂਰੇ ਯੂਕਰੇਨ ਚ ਊਰਜਾ ਸੰਸਥਾਪਨਾਵਾਂ ਤੇ ਹਮਲੇ ਹੋ ਰਿਹਾ ਹੈ ਪਾਕਿਸਤਾਨ ਪੁਲਿਸ ਵੱਲੋਂ ইমরান ਤੇ ਹਿੰਸਾ ਪੜਕਾਉਣ ਦਾ ਦੋਸ਼ ਪਾਕਿਸਤਾਨ ਪੁਲਿਸ ਨੇ ਸਜਾਇਆ ਆਫਤਾ ਸਾਬਕਾ ਪ੍ਰਧਾਨ ਮੰਤਰੀ ইমরান ਖਾਨ ਤੇ ਉਹਨਾਂ ਦੀ ਪਤਨੀ ਬੁਸ਼ਰਾ ਵੀ ਤੇ ਹੋਰਾ ਖਿਲਾਫ ਹਿੰਸਾ ਪੜਕਾਉਣ ਦੇ ਦੋਸ਼ ਲਾਈ ਹੈ ਪੁਲਿਸ ਵੱਲੋਂ ਇਹਨਾਂ ਤੇ ਲੋਕਾਂ ਨੂੰ 扑ੜਾ ਕੇ ਸੁਰੱਖਿਆ ਬੁਲਾਤੇ ਹਮਲਾ ਕਰਨ ਲਈ ਉਤਸ਼ਾਹਿਤ ਕਰਨ ਤੇ ਸ਼ਾਂਤੀ ਭੰਗ ਕਰਨ ਦੇ ਦੋਸ਼ ਹੈ ਸਮਗਰ ਹੋਈ ਮਜ਼ਾਰਿਆਂ ਤੇ ਚੜਪਾ ਜਿੱਥੇ 6 ਵਿਅਕਤੀਆਂ ਦੀ ਮੌਤ ਹੋਈ ਹੈ ਉੱਥੇ ਕਈ ਜਣੇ ਜ਼ਖਮੀ ਵੀ ਹੋਏ ਹੈ ਇਜ਼ਰਾਈਲੀ ਵੱਲੋਂ ਗੋਲੀਬੰਦੀ ਦੀ ਉਲੰਘਣਾ ਦਾ ਦਾਵਾ ਇਜ਼ਰਾਈਲ ਦਾ ਕਹਿਣਾ ਹੈ ਕਿ ਹਿਜ਼ਬੁੱਲਾ ਨਾਲ ਹੋਏ ਗੋਲੀਬੰਦੀ ਦੀ ਸਮਝੌਤੇ ਦੀ ਉਲੰਘਣਾ ਹੋਈ ਉਧਰ ਲਿਬਨਾਨੀ ਸੁਰੱਖਿਆ ਸੂਤਰਾਂ ਨੇ ਕਿਹਾ ਕਿ ਇਜ਼ਰਾਈਲੀ ਟੈਂਕਾਂ ਨੇ ਦਕਨੀ ਲਿਬਨਾਨ ਦੇ 6 ਇਲਾਕਿਆਂ 'ਚ ਹਮਲੇ ਕੀਤੇ ਹੈ ਹਿਜ਼ਬੁੱਲਾ ਗੁਹਸਨ ਫਦਲਾਲਾ ਨੇ ਜ਼ਾਇਰ ਤੇ ਦੋਸ਼ ਲਾਇਆ ਕਿ ਆਪਣੇ ਪਿੰਡਾਂ ਨੂੰ ਪਾਤਰੀ ਲੋਕਾਂ ਦੇ ਉਹਨਾਂ 'ਤੇ ਹਮਲਾ ਹੋਇਆ ਹੈ ਜੰਮੂ ਕਸ਼ਮੀਰ ਤੇ ਪਾਕਿਸਤਾਨ ਚ ਪੁਚਾਲ ਭਾਰਤ ਦੇ ਜੰਮੂ ਕਸ਼ਮੀਰ ਤੇ ਪਾਕਿਸਤਾਨ ਦੇ ਉੱਤਰ-ਪੱਛਮੀ ਖੇਤਰ ਵਿੱਚ ਪੁਚਾਲ ਦੀ ਝਟਕੀ ਮਹਿਸੂਸ ਕੀਤੇ ਗਏ ਹਾਲਾਂਕਿ ਦੋਵੇਂ ਥਾਈਂ ਜਾਣ ਵਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ ਜੰਮੂ ਕਸ਼ਮੀਰ ਵਿੱਚ ਪੁਚਾਲ ਦੀ ਤੀਬਰਤਾ ਰਿਕਟਰ ਪੈਮਾਨੇ ਤੇ 5.8 ਮਾਪੀ ਗਈ ਜਦਕਿ ਪਾਕਿਸਤਾਨ ਚ 5.2 ਦੀ ਤੀਬਰਤਾ ਦਾ ਪੁਚਾਲ ਆਇਆ ਹੈ ਇੰਡੋਨੇਸ਼ੀਆ ਦੇ ਸਮਾਤਰਾ ਟਾਪੂ ਤੇ ਮੀਕਾਨ ਕਿਸ ਦੀ ਜ਼ਮੀਨ ਇੰਡੋਨੇਸ਼ੀਆ ਦੇ ਸਮਾਤਰਾ ਟਾਪੂ ਤੇ ਪਾਰੀਮੀਕਾਨ ਜ਼ਮੀਨ ਖਿਸਕਣ ਕਾਰਨ ਸੱਤ ਲੋਕਾਂ ਦੀ ਮੌਤ ਹੋ ਗਈ ਹੈ ਬਚਾਅ ਕਰਮੀਆਂ ਨੇ ਇੰਡੋਨੇਸ਼ੀਆ ਦੇ ਉੱਤਰੀ ਸਮਾਤਰਾ ਸੂਬੇ ਦੇ ਮੇਦਾਲ ਸ਼ਹਿਰ ਤੋਂ ਬੇਰਸਤਾਗੀ ਕਸਬੇ ਤੱਕ ਸੜਕ ਤੇ ਜ਼ਮੀਨ ਖਿਸਕਣ ਕਾਰਨ ਯਾਤਰੀ ਵਾਹਨ ਤੇ ਡਰਾਈਵਰ ਤੇ ਯਾਤਰੀਆਂ ਸਮੇਤ ਫੀਟਦਾ ਦੀ ਲਾਸ਼ਾਂ ਬਰਾਮਦ ਕੀਤੀਆਂ ਆਸਟ੍ਰੇਲੀਆ ਚ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਤੇ ਰੋਕ ਸੰਬੰਧੀ ਬਿੱਲ ਪਾਸ ਆਸਟ੍ਰੇਲੀ ਸੈਨੇਟ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ਤੇ ਰੋਕ ਲਾਉਣ ਸੰਬੰਧੀ ਬਿੱਲ ਪਾਸ ਕਰ ਦਿੱਤਾ ਦੁਨੀਆ ਚ ਜਿਹਾ ਪਹਿਲਾ ਕਾਨੂੰਨ ਹੋਵੇਗਾ ਇਸ ਕਾਨੂੰਨ ਚ ਵਿਵਸਥਾ ਕੀਤੀ ਗਈ ਹੈ ਕਿ ਟਿਕਟੌਕ ਫੇਸਬੁੱਕ ਸਨੈਪਚੈਟ ਰੈਡਿਟ ਐਕਸ ਤੇ ਇੰਸਟਾਗ੍ਰਾਮ ਸਮੇਤ ਸੋਸ਼ਲ ਮੀਡੀਆ ਮੰਚ ਚ ਜੇਕਰ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤੇ ਖੋਲਣ ਤੇ 5 ਕਰੋੜ ਆਸਟ੍ਰੇਲੀ ਡਾਲਰ ਤੱਕ ਦਾ ਜੁਰਮਾਨਾ ਹੋਵੇਗਾ ਭਾਰਤ ਨੇ ਜਪਾਨ ਨੂੰ 3-2 ਨਾਲ ਹਰਾਇਆ ਭਾਰਤ ਨੇ ਮਸਕਰਚ ਜੂਨੀਅਰ ਏਸ਼ੀਆ ਕਪ ਹਾਕੀ ਟੂਰਨਾਮੈਂਟ ਦੇ ਪੂਲ A ਦੇ ਸਖਤ ਮੁਕਾਬਲੇ ਵਿੱਚ ਜਪਾਨ ਤੇ 3-2 ਨਾਲ ਜਿੱਤ ਦਰਜ ਕੀਤੀ ਹੈ ਭਾਰਤ ਦੀ ਲਗਾਤਾਰ ਦੂਜੀ ਜਿੱਤ ਹੈ ਆਪਣੇ ਪਹਿਲੇ ਮੈਚ ਵਿੱਚ ਥਾਈਲੈਂਡ ਨੂੰ 11-0 ਨਾਲ ਹਰਾਉਣ ਵਾਲੇ ਭਾਰਤੀ ਥੋਕਚੋ ਮਕਿੰਗਸਨ ਸਿੰਘ ਨੇ 12ਵੇਂ ਮਿੰਟ ਰੋਹਿਤ ਨੇ 36ਵੇਂ ਮਿੰਟ ਤੇ ਅਰਜੀਤ ਸਿੰਘ ਹੁੰਦ ਨੇ 39ਵੇਂ ਮਿੰਟ 'ਚ ਗੋਲ ਕੀਤੇ ਹੈ ਗ੍ਰੇਕ ਟਾਪੂ ਤੇ ਵਾਪਰਿਆ ਜਹਾਜ਼ ਹਾਦਸਾ ਪੁਰਵੀ ਯੂਨਾਨ ਦੀ ਛਾਪੂ ਸਮੂਸ ਉਤੇ ਇੱਕ ਪਥਰੀਲੀ ਟਾਟੂ ਤੇ ਪ੍ਰਵਾਸੀ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਖਾਂਦ ਦੋ ਬੱਚੇ ਉਸ ਵਿੱਚ ਚਲੋ ਕਦੀ ਮਰਤ ਹੋ ਗਏ ਸરાੰ ਸੋਣੋਂ ਲੋਕਾਂ ਨੂੰ ਬਚਾਇਆ ਗਿਆ ਪਰ ਇਹ ਪਤਾ ਨਹੀਂ ਲੱਗਿਆ ਕਿ ਕਿਸ਼ਤੀ ਚ ਕਿੰਨੇ ਲੋਕ ਸਵਾਰ ਸੀ ਯਨਾਨੀ ਟਾਟ ਰੱਖੇ ਕਾਣੀ ਕਿਸੇ ਵੀ ਸੰਭਾਵਿਤ ਲਾਪਤਾ ਯਾਤਰੀਆਂ ਨੂੰ ਲੱਭਣ ਲਈ ਗਸ਼ਤੀ ਜਹਾਜ਼ਾਂ ਲਾਈਫ ਬੋਟਾਂ ਨੂੰ ਸ਼ਾਮਲ ਕਰ ਲੇ ਇੱਕ ਖੋਜ ਤੇ ਬਚਾਅ ਮਿਸ਼ਨ ਸ਼ੁਰੂ ਕੀਤੀ ਹੈ ਕਲਕੱਤਾ ਚੋਇਸ ਕੌਨ ਦੀ ਸੰਥਾ ਨੇ ਢਾਕਾ ਚ ਪੁਲਿਸ ਕਾਰਵਾਈ ਖਿਲਾਫ ਕੀਤਾ ਰੋਸ ਪ੍ਰਦਰਸ਼ਨ ਬੰਗਲਾਦੇਸ਼ ਦੀ ਸਾਬਕਾ ਮੁੱਖ ਮੰਤਰੀ ਸ਼ੇਖ ਹਸੀਨਾ ਨੇ Hindu ਧਾਰਮਿਕ ਆਗੂ ਚਿੰਮਿਆ ਕ੍ਰਿਸ਼ਨਦਾਸ ਦੀ ਗ੍ਰਿਫਤਾਰੀ ਦੀ ਆਲੋਚਨਾ ਕਰਦਿਆ ਕਿਹਾ ਕਿ ਉਹਨਾਂ ਨੂੰ ਤੁਰੰਤ ਰਿਹਾਈ ਕੀਤਾ ਜਾਣਾ ਚਾਹੀਦਾ ਤਾਂ ਇਸ ਨੂੰ ਹਫ਼ਤੇ ਦੀ ਸ਼ੁਰੂਆਤ ਚ ਦੇਸ਼ਧ్రోਹ ਦੇ ਦੋਸ਼ੀ ਠ ਹਿਰਾਸਤ ਚ ਲਿਆ ਗਿਆ ਸੀ ਸ਼ੇਖ ਹਸਿਨਾ ਨੇ ਕੀਤੀ Hindu ਅਧਿਆਤਮਕ ਨੇਤਾ ਦੀ ਗ੍ਰਿਫਤਾਰੀ ਦੀ ਨਿੰਦਾ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ Hindu ਅਧਿਆਤਮਕ ਨੇਤਾ ਛੰਮੇ ਅਕ੍ਰਿਸ਼ੁਨਦਾਸ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਹੈ ਦਾਸਮੇ ਇਸ ਹਫਤੇ ਦੇ ਸ਼ੁਰੂ ਵਿੱਚ ਦੇਸ਼ ਤਰੋ ਦੇ ਦੋਸ ਚ ਹਿਰਾਸਤ ਚ ਲਿਆ ਗਿਆ ਭਾਰਤ-ਚੀਨ ਨੇ ਸਰਹੱਦ ਤੋਂ ਫੌਜਾਂ ਹਟਾਉਣ ਦਾ ਸਮਝੌਤਾ ਲਾਗੂ ਕਰਨ ਚ ਕੀਤੀ ਪ੍ਰਗਤੀ ਚੀਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਪੂਰਬੀ ਲਦਾਖ ਚ 4 ਸਾਲ ਪਹਿਲਾਂ ਸ਼ੁਰੂ ਹੋਏ ਤਣਾਅ ਨੂੰ ਘਟਾਉਣ ਲਈ ਚੀਨ ਤੇ ਭਾਰਤ ਦੀਆਂ ਫੌਜਾਂ ਸਰਹੱਦ ਤੋਂ ਪਿੱਛੇ ਹਟਣ ਸੰਬੰਧੀ ਸਮਝੌਤੇ ਨੂੰ ਲਾਗੂ ਕਰਨ ਚ ਕਾਫੀ ਪ੍ਰਗਤੀ ਕਰ ਰਹੀਆਂ ਹਨ ਰੂਸ ਨੇ 200 ਮਿਜ਼ਾਈਲਾਂ ਤੇ ਡਰਨਰਾਂ ਰਾਹੀਂ ਬਿਜਲੀ ਗ੍ਰਿਡਾਂ ਨੂੰ ਬਣਾਇਆ ਨਿਸ਼ਾਨਾ ਰੂਸ ਨੇ ਯੂਕਰੇਨ ਦੀ ਊਰਜਾ ਢਾਂਚੇ ਤੇ ਜ਼ੋਰਦਾਰ ਹਮਲੇ ਕਰਦੇ ਕਰੀਬ 200 ਮਿਜ਼ਾਈਲਾਂ ਤੇ ਡਰਨ ਦਾਗਿਆ ਯੂਕਰੇਨੀ ਅਧਿਕਾਰੀਆਂ ਅਨੁਸਾਰ ਹਮਲੇ ਮਗਰੋਂ 10 ਲੱਖ ਤੋਂ ਵੱਧ ਕਰਾਂਦੀ ਬਿਜਲੀ ਗਲ ਹੋ ਗਈ ਹੈ ਰੂਸ ਨੇ ਦੋ ਹਫ਼ਤਿਆਂ ਤੋਂ ਘੱਟ ਸਮੇਂ ਦੇ ਅੰਦਰ ਯੂਕਰੇਨ ਦੇ ਬਿਜਲੀ ਗ੍ਰਿਡਾਂ ਤੇ ਦੂਜਾ ਵੱਡਾ ਹਵਾਈ ਹਮਲਾ ਕੀਤਾ ਚੀਨ ਨੇ ਰੱਖਿਆ ਮੰਤਰੀ ਖਿਲਾਫ ਜਾਂਚ ਕੀਤੀ ਸ਼ੁਰੂ ਚੀਨ ਨੇ ਆਪਣੇ ਰੱਖਿਆ ਮੰਤਰੀ ਐਡਮਿራል ਡੋਂਗ ਚੂ ਨੂੰ ਤਾਜ਼ਾ ਘਟਾਲਿਆਂ 'ਚ ਦੋਸ਼ੀ ਪਾਇਆ ਹੈ ਹੁਣ ਉਸ ਖਿਲਾਫ ਪ੍ਰਸ਼ੋਚਾਤ ਦੀਆਂ ਮਾਮਲਿਆਂ ਦੀ ਜਾਂਚ ਚੱਲਦੀ ਹੈ ਲਗਾਤਾਰ ਦੂਜੀ ਵਾਰ ਹੈ ਜਿੱਦੋਂ ਤੀਜੇ ਰੱਖਿਆ ਮੰਤਰੀ ਤੇ ਪ੍ਰਸ਼ੋਚਾਤ ਦੇ ਦੋਸ਼ ਲੱਗੇ ਹੈ ਅਮਰੀਕੀ ਮਿਸ਼ਨ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਚਿੰਤਾਵਾਂ ਦੇ ਕਾਰਨ ਜਾਰੀ ਕੀਤਾ ਅਲਰਟ ਅਮਰੀਕੀ ਮਿਸ਼ਨ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਚਿੰਤਾਵਾਂ ਦੇ ਕਾਰਨ 16 ਦਸੰਬਰ ਤੱਕ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨخوا ਸੂਬੇ ਦੇ ਪਸ਼ਾਵਰ ਦਾ ਦੌਰਾਨ ਨਾ ਕਰਨ ਦੀ ਅਪੀਲ ਕਰਦੇ ਹੋਏ ਇੱਕ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਹੈ ਸ੍ਰੀਨ ਹਟਲ ਪਿਸ਼ਾਵਨ ਖਦਰਾ ਸਿਲੇਖਵਾੜਾ ਸੁਰੱਖਿਆ ਅਲਰਟ ਬਦਵਾਰ ਨੂੰ ਜਾਰੀ ਕੀਤਾ ਗਿਆ ਸੀ ਇਹ ਸੀ ਹੁਣ ਤੱਕ ਦੀਆਂ ਅਪਡੇਟਸ ਮੈਨੂੰ ਆਪਸ ਸਦੋਂ ਦੇ ਵਿੱਚ ਅੱਜ ਸਤਿ ਸ਼੍ਰੀ ਅਕਾਲ